ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਿਮਰਜੀਤ ਸਿੰਘ ਅਤੇ ਅੱਜ ਆਪਾਂ ਜਾ ਰਹੇ ਹਾਂ ਇੱਕ ਨਵੀਂ ਪ੍ਰੀ ਵੈਡਿੰਗ 'ਤੇ। ਵਿਆਹ ਦੀ ਪ੍ਰੀ ਵੈਡਿੰਗ ਸ਼ੂਟ ਕਰਨ ਚੱਲੇ ਹਾਂ। ਇੱਧਰ ਬਾਈ ਬਾਬਾ ਜੀ ਨਾਲ ਨੇ ਸਾਡੇ, ਇੱਧਰ ਬਾਈ ਗਗਨਦੀਪ ਅਤੇ ਇੱਧਰ ਆਪਣੇ ਹੋਰ ਟੀਮ ਇੱਕ ਮੁੰਡਾ ਇੱਧਰ ਬਾਈ ਨਾਲ। ਅਤੇ ਆਪਾਂ ਜਾ ਰਹੇ ਹਾਂ, ਆਪਾਂ ਕਿਹੜੀ ਜਗ੍ਹਾ ਵੀਰੇ? ਪਰਫੈਕਟ ਲੋਕੇਸ਼ਨ 'ਤੇ ਸਰਹੰਦ ਰੋਡ 'ਤੇ ਆ, ਜਿਹੜੀ ਚੁੰਨੀ ਪਿੰਡ ਕੋਲ। ਮੌਸਮ ਵੀ ਬੱਦਲ ਵਾਲੀ ਹੈਗੀ ਅੱਜ ਕਾਫੀ, ਤੇ ਬਾਕੀ ਦੇਖਦੇ ਆ ਉੱਥੇ ਜਾ ਕੇ ਕੀ ਬਣਦਾ। ਟ੍ਰੈਫਿਕ ਵੀ ਬੜਾ, ਘੰਟਾ ਲੱਗਦਾ ਜਾਣ ਨੂੰ ਅੱਜ। ਲਓ ਜੀ, ਮੀਂਹ ਸ਼ੁਰੂ ਹੋ ਗਿਆ ਤੇ ਮੌਸਮ ਨੇ ਖਰਾਬੀ ਕਰਤੀ ਆ, ਤੇ ਬਾਕੀ ਦੇਖਦੇ ਆ ਪ੍ਰੀ ਵੈਡਿੰਗ ਦਾ ਉੱਥੇ ਜਾ ਕੇ ਕੀ ਬਣਦਾ। ਮੀਂਹ 'ਚ ਹੀ ਸ਼ੂਟ ਕਰਨੀ ਪੈਣੀ ਆ। ਲਓ ਜੀ, ਹੁਣ ਆਪਾਂ ਗੁਫਾ 'ਚ ਆ ਗਏ ਹਾਂ ਅਤੇ ਗੁਫਾ ਕ੍ਰੋਸ ਕਰਨ ਲੱਗੇ ਹਾਂ ਆਪਾਂ। ਲਓ ਜੀ, ਕਰ ਲਈ ਗੁਫਾ ਜੀ। ਹੁਣ ਅਸੀਂ ਆ ਗਏ ਲੋਕੇਸ਼ਨ 'ਤੇ, ਬਾਈ ਜੋਤ, ਉੱਧਰ ਗੋਪੀ, ਉੱਧਰ ਗਗਨ, ਸਾਰੇ ਆਏ ਨੇ, ਵੇਟ ਕਰਦੇ ਪਏ ਹਾਂ ਮੁੰਡੇ ਦੀ। ਉਹ ਹਜੇ ਰੈਡੀ ਹੋਣ ਗਿਆ ਅਤੇ 10 ਵਜੇ ਜੋਤ ਲੈ ਕੇ ਉਹਨਾਂ ਨੂੰ ਲਿਆਉਂਦੇ ਆ। ਉਹ ਕੱਢਣਾ ਸੌਖਾ ਤਾਂ ਨਹੀਂ? ਮੈਨੂੰ ਨਹੀਂ ਲੱਗਦਾ ਅੱਜ ਪ੍ਰੀ ਵੈਡਿੰਗ ਕਰਨ ਦੇਣਗੇ, ਰੱਬ ਕਰਨ ਦਊਗਾ। ਲੈ ਵੀ ਮੀਂਹ ਮੂੰਹ ਹਟਾ ਦਿਓ ਹੁਣ, ਹਟਦਾ ਬਦਲਾ ਲੈਣਾ ਅੱਜ ਮੀਂਹ ਨੇ ਪੂਰਾ। ਮੈਂ ਲੱਗਦਾ ਲੈ ਵੀ ਇਹ ਆ ਗਿਆ ਲੰਬੂ ਅਮਿਤਾਭ ਬੱਚਨ ਆਇਆ ਬਈ ਉਹਦੇ ਵਿੱਚ, ਅਤੇ ਕਰਤਾ ਸਟਾਰਟ ਸ਼ੂਟ ਉੱਧਰ ਜੋਤ ਦਾ। ਪ੍ਰੀ ਵਿਆਹ ਵਾਲਾ ਮੁੰਡਾ ਹਜੇ ਆਇਆ ਨਹੀਂ ਅਤੇ ਫੀਲਿੰਗਾਂ ਲੈ ਰਿਹਾ ਜੋਤ ਪੂਰੀਆਂ, ਅਤੇ ਇੱਧਰ ਮਿੰਟੂ ਹੋਣੀ ਵੀ ਵੇਟ ਕਰਦੇ ਪਏ ਆ। ਮਿੰਟੂ ਅਰਦਾਸ ਕਰਦਾ ਪਿਆ ਬਾਬਾ ਮੀਂਹ ਹਟਾ ਦੇ, ਅਤੇ ਗਗਨ ਵੀ ਪੂਰਾ ਲੈ ਵੀ ਗੋਪੀ ਉਸਤਾਦ ਆ ਦਿਨ ਛਤਰੀ ਤਾਣ ਲੈ ਵੀ ਜੋਤ। ਲਓ ਵੀ ਆਹ ਲੋਕੇਸ਼ਨ, ਪਰਫੈਕਟ ਪਿਕਚਰ ਸਰਹੰਦ ਰੋਡ 'ਤੇ ਆ। ਲਓ ਜੀ, ਕੱਚੇ ਘਰ 'ਚ ਆ ਗਏ ਆਪਾਂ। ਦੇਖੋ ਜਿੱਥੇ ਫਿਲਮ ਗਰਧਾਰੀ ਲਾਲ ਸ਼ੂਟ ਹੋਈ ਸੀ, ਗਾਣਾ ਸ਼ੂਟ ਹੋਇਆ ਸੀ, ਸ਼ਾਵਾ ਵੀ ਗਰਧਾਰੀ ਲਾਲ। ਲਓ ਜੀ, ਹੁਣ ਐਲੀਮਾਂਗ ਘਟਾ ਰਹੇ ਨੇ ਬਾਹਰ। ਤੇ ਬਾਈ ਜੋਤ ਤੇ ਹੁਣ ਆਪਾਂ ਇੱਥੇ ਸ਼ੂਟ ਕਰਾਂਗੇ। ਇੱਧਰ ਟੀਮ ਸਾਰਾ ਸੈਟਅਪ ਰੈਡੀ ਕਰ ਲਿਆ, ਇੱਧਰੋਂ ਬਾਈ ਗਗਨ, ਇੱਧਰ ਸਾਰੇ ਸ਼ੂਟ ਕਰਨ ਵਾਸਤੇ। ਇੱਧਰ ਪਹਿਲਾ ਸ਼ੂਟ ਮੀਂਹ ਨੇ ਬਹੁਤ ਪਰੇਸ਼ਾਨ ਕੀਤਾ, ਸਾਡਾ ਸ਼ੂਟ ਵੀ ਰੁਕਿਆ ਪਿਆ। ਬਾਬਾ ਜੀ ਮੀਂਹ ਦੀ ਵੀਡੀਓ ਬਣਾ ਰਹੇ ਆ ਬਾਬਾ ਜੀ। ਬਾਕੀ ਮੀਂਹ ਨੇ ਬੜਾ ਪਰੇਸ਼ਾਨ ਕੀਤਾ, ਬਹੁਤ ਜ਼ਿਆਦਾ ਬਾਰਿਸ਼ ਆ। ਹਾਂ ਬਈ ਜੋਤ, ਮੀਂਹ 'ਚ ਕਿਵੇਂ ਲੱਗ ਰਿਹਾ? ਪੂਰਾ ਸਿਰਾ ਮੀਂਹ ਆ, ਹੁਣ ਆਪਾਂ ਵਾਪਸ ਜਾਣੇ ਪਏ ਹਾਂ ਪ੍ਰੀ ਵੈਡਿੰਗ ਤੋਂ। ਹੁਣ 12 ਵੱਜਣ ਵਾਲੇ ਆ ਅਤੇ ਅੱਜ ਦਾ ਜੋ ਸ਼ੂਟ ਸੀਗਾ ਉਹ ਨਿਬੜ ਗਿਆ। ਹੁਣ ਵਾਪਸ ਘਰਾਂ ਨੂੰ ਆਪਦੇ ਆਲ੍ਹਣਿਆਂ 'ਚ ਜਾਂਦੇ ਪਏ ਹਾਂ ਅਤੇ ਮਿਲਦੇ ਹਾਂ ਆਪਾਂ ਨੈਕਸਟ ਪ੍ਰੀ ਵੈਡਿੰਗ 'ਤੇ।